ਉਹ ਇਹ ਜੋ ਨਾ 22 ਜੂਨ ਦਾ ਲੱਗਿਆ ਹੋਇਆ ਤੇ 28 ਦਿਨਾਂ ਦੀ ਪਨੀਰੀ ਲੱਗੀ ਸੀਗੀ ਸਾਰਾ ਕੁਝ ਇਹਦਾ ਪੂਰਾ ਸਪਰੇਹਾ ਵੀ ਹੋ ਗਿਆ ਬਸ ਹੁਣ ਇਹਨੂੰ ਆਪਾਂ ਟੈਸਟ ਕਰਨਾ ਹੁੰਦਾ ਵੀ ਖੇਤ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਹੈਗੀ ਤੇ ਜਾਂ ਇੱਕ ਜ਼ਰੂਰੀ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕਰਨੀ ਹੈ ਵੀ ਕਈ ਵੀਰਾਂ ਦੇ ਕੋਲੇ ਨਾ ਨਹਿਰੀ ਪਾਣੀ ਵਧੀਆ ਹੈਗਾ ਅਵੇਲੇਬਲ ਐਟ ਦਿ ਟਾਈਮ ਮੌਕੇ ਤੇ ਹੁੰਦਾ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਇਹਦੇ ਰਿਗਾਰਡਿੰਗ ਕੋਈ ਪਬਲਿਕੇਸ਼ਨ ਨਹੀਂ ਹੈਗਾ ਕਿ ਆਪਾਂ ਉਹਦਾ ਕੋਈ ਹਵਾਲਾ ਦੇ ਸਕੀਏ ਪਰ ਮੈਨੂੰ ਲੱਗਦਾ ਹੈਗਾ ਜਿਸ ਤੋ ਤੇ ਇੱਕ ਕਿ ਜੇਕਰ ਤੁਹਾਡਾ ਖੇਤ ਦੇ ਵਿੱਚ ਲੌਂਗ ਡਿਊਰੇਸ਼ਨ ਵੈਰੈਟੀ ਲੱਗੀ ਹੈ ਬੈਟ ਕਹਿੰਦੇ ਨਾਮ ਨੋਟ ਕਰ ਲਓ ਪੀਆਰ 118 ਲੱਗੀ ਹੈ ਜਾਂ ਬਾਸਮਤੀ ਪੀਵੀ 1401 ਜਾਂ ਬੀਵੀ1 ਲੱਗੀ ਹੈ ਜਿਹੜੀਆਂ ਵਾਈਡ ਵੈਰੈਟੀਆਂ ਹਾਈਟ ਕਰਦੀਆਂ ਜਾਂ ਪੂਸ਼ਾ 44 ਲੱਗੀ ਹੈ ਜਾਂ ਐਨੀ ਅਦਰ ਵੈਰੈਟੀ 212 ਵਗੈਰਾ ਜਿਹਦੀ ਹਾਈਟ ਜ਼ਿਆਦਾ ਹੁੰਦੀ ਹੈ ਲੌਂਗ ਡਿਊਰੇਸ਼ਨ ਵੈਰੈਟੀ ਹੈ 150 ਦਿਨ ਦਾ ਸਮਾਂ ਉਹ ਤੋਂ ਚਾ ਵੱਧ ਲੈਂਦੀ ਹੈ ਤਾਂ ਉਹਨਾਂ ਵੈਰੈਟੀਆਂ ਤੇ ਸ਼ੀਥ ਫਲਾਈਟ ਦੀ ਪ੍ਰੋਬਲਮ ਆਉਂਦੀ ਹੈਗੀ ਆ ਠੀਕ ਹੈ ਬਾਸਮਤੀ ਦੇ ਵਿੱਚ ਨੈਕ ਬਲਾਸਟੀ ਪ੍ਰੋਬਲਮ ਆਉਂਦੀ ਹੈਗੀ ਆ ਜਾਂ ਜਿਹੜਾ ਲੀਫ ਸਪੌਟ ਦੀ ਪ੍ਰੋਬਲਮ ਆਉਂਦੀ ਹੈਗੀ ਬਲਾਸਟਰ ਰੋਗ ਦੀ ਪ੍ਰੋਬਲਮ ਆਉਂਦੀ ਹੈਗੀ ਆ ਬਾਕੀ ਕਰੌਪ ਪ੍ਰੈਕਟਿਸ ਤਾਂ ਆਪਾਂ ਕਰਦੇ ਹੈਗੇ ਆ ਕਿ ਚਲੋ ਪਾਣੀ ਸਕਾ ਕੇ ਲਾ ਲਿਆ ਆਪਾਂ ਸਪਰੇ ਜਿਹੜੀ ਹੈਗੀ ਬਿਮਾਰੀ ਨੂੰ ਆਉਣ ਤੇ ਡਿਟੈਕਟ ਕਰਕੇ ਨਾਲ ਦੀ ਨਾਲ ਆਪਾਂ ਨੇ ਵਧੀਆ ਸਪਰੇ ਕਰਤੀ ਬਾਲਾ ਕੋਈ ਸਮਾਨ ਮਿਕਸ ਨਹੀਂ ਕਰਨਾ ਪਰ ਇੱਕ ਤੁਸੀਂ ਤਜਰਬਾ ਆਪ ਕਰਕੇ ਦੇਖਿਓ ਇਹ ਮੈਂ ਖੁਦ ਨੋਟ ਕੀਤਾ ਹੈਗਾ ਕਿ ਜਦੋਂ ਵੀ ਤੁਹਾਡੀ ਕਰੌਪ ਦੇ ਉੱਤੇ ਪੱਕਣ ਦੇ ਵਿੱਚ 70 ਦਿਨ ਰਹਿ ਜਾਣ ਕਿਉਂਕਿ ਜਦੋਂ ਮੰਨ ਕੇ ਚੱਲੋ ਵੀ 150 ਦਿਨ ਦੀ ਵੈਰੈਟੀ ਹੈ 5 ਮਹੀਨੇ ਹੋ ਗਏ ਤੁਸੀਂ ਮੰਨ ਲਓ 15 ਜੂਨ ਮਈ ਨੂੰ ਉਹਦੀ ਨਰਸਰੀ ਲਾਈ ਸੀਗੀ ਤੇ ਮੰਨ ਲਓ ਉਹ 15 ਅਕਤੂਬਰ ਨੂੰ ਵੱਢੀ ਜਾਣੀ ਹੈ ਚੱਲ 5-7 ਦਿਨ ਇੱਧਰ ਉੱਧਰ ਹੋ ਜਾਂਦਾ 20 ਅਕਤੂਬਰ ਨੂੰ ਉਹ ਵੱਢੀ ਜਾਣੀ ਹੈ ਉਹਦੇ ਚੋਂ 70 ਦਿਨ ਤੁਸੀਂ ਮਾਈਨਸ ਕਰ ਲਓ 75 ਦਿਨ ਠੀਕ ਹੈ ਤੇ 20 ਅਕਤੂਬਰ ਨੂੰ ਤੁਸੀਂ ਕੱਢੋਗੇ ਉਹਦੇ ਵਿੱਚੋਂ ਤਾਂ ਲਗਭਗ ਉਹ ਆ ਹੁਣ ਜਿਹੜਾ ਸਮਾਂ ਚੱਲ ਰਿਹਾ ਉਹੀ ਹੈ ਕਿ ਜਦੋਂ ਆਪਣੀ ਗੋਭ ਬਾਹਰ ਨਿਕਲਣੀ ਆ ਉਸ ਤੋਂ 15 ਦਿਨ ਦਾ ਸਮਾਂ ਪਹਿਲਾਂ ਦਾ ਦੱਸ ਦਿੰਦਾ ਕਿ ਜੇਕਰ ਜੋ ਨਾ ਪੱਟ ਕੇ ਲਾਇਆ ਹੋਇਆ ਤਾਂ ਉਹ ਮੰਨ ਕੇ ਚੱਲੋ ਵੀ ਤੁਹਾਡਾ ਜਦੋਂ 50 55 60 ਦਿਨ ਦਾ ਹੋ ਜਾਂਦਾ ਹੈਗਾ ਉਹਦੇ ਵਿੱਚ ਅੰਦਰ ਗੋਭ ਬਣੀ ਹੁੰਦੀ ਹੈ ਤੇ ਉਹਨੇ ਬਾਹਰ ਨਿਕਲਣਾ ਹੁੰਦਾ ਸਹੀ ਮੌਸਮ ਦੀ ਉਹ ਵੇਟ ਦੇ ਵਿੱਚ ਹੁੰਦਾ ਤੇ ਆਪਾਂ ਉਸ ਖੇਤ ਦੇ ਵਿੱਚ ਨਹਿਰੀ ਪਾਣੀ ਨਹੀਂ ਲਾਉਣਾ ਹੈ ਕਿਉਂਕਿ ਨਹਿਰੀ ਪਾਣੀ ਹੈਗਾ ਜਿਹੜਾ ਉਹ ਪਹਾੜਾਂ ਦਾ ਪਾਣੀ ਆ ਤੇ ਉਹ ਡੈਮ ਦੇ ਵਿੱਚ ਵੀ ਪਹਿਲਾਂ ਸਟੋਰ ਹੁੰਦਾ ਫਿਰ ਉਹ ਦਰਿਆ ਦੇ ਵਿੱਚ ਰਹਿੰਦਾ ਫਿਰ ਉਹ ਜਿਹੜਾ ਬੰਨਾ ਬਣਾ ਕੇ ਨਹਿਰਾਂ ਦੇ ਵਿੱਚ ਪਾਇਆ ਜਾਂਦਾ ਫਿਰ ਨਹਿਰਾਂ ਦੁਆਰਾ ਫਿਰ ਕਸੀਆਂ ਚ ਸੂਇਆਂ ਦੇ ਵਿੱਚ ਤੇ ਫਿਰ ਨਖਾਲਿਆਂ ਦੇ ਵਿੱਚ ਆਉਂਦਾ ਲਗਭਗ ਉਸ ਨੂੰ 3 ਹਫ਼ਤੇ ਦਾ ਸਮਾਂ ਲੈਂਦਾ ਠੀਕ ਹੈ ਉਹਦੇ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ crop ਹਰੀ ਭਰੀ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਟ ਉਹਦੇ ਵਿੱਚ ਪੀ ਐਚ ਵਧੀ ਵੀ ਹੁੰਦੀ ਆ ਜਿੱਥੇ ਵੀ ਪੀ ਐਚ ਜ਼ਿਆਦਾ ਹੁੰਦੀ ਤੁਹਾਡੇ ਖੇਤ ਦੇ ਵਿੱਚ ਉੱਥੇ ਉਹ ਪਾਣੀ ਲੱਗਦਾ ਤਾਂ ਤੁਹਾਡੇ ਖੇਤ ਦੀ ਫਸਲ ਦੀ ਅਮਿਊਨਿਟੀ ਡਾਊਨ ਹੁੰਦੀ ਆ ਕੁਛ ਇਹ ਮੇਰੀ ਗੱਲ ਦਾ ਮੋਟਾ-ਮੋਟਾ ਮਤਲਬ ਕੱਢ ਲਿਆ ਹੋਣਾ ਕਿ ਅਗਰ ਆਪਾਂ ਖੇਤ ਨੂੰ ਨਸਾਰੇ ਦੇ ਸਮੇਂ ਜਾਂ ਨਸਾਰੇ ਤੋਂ ਥੋੜਾ ਪਹਿਲਾਂ ਆਪਾਂ ਨਹਿਰੀ ਪਾਣੀ ਖੇਤ ਦੇ ਵਿੱਚ ਬੰਦ ਕਰਦਗੇ ਮੋਟਾਂ ਦੇ ਪਾਣੀ ਚੰਗੇ ਹੈਗੇ ਤਾਂ ਆਪਾਂ ਮੋਟਰਾਂ ਦੇ ਪਾਣੀ ਹੀ ਲਾਈਏ ਮੈਨੂੰ ਲੱਗਦਾ ਹੈਗਾ ਕਿ ਫਸਲ ਦੇ ਵਿੱਚ ਤੁਹਾਡੇ ਬਿਮਾਰੀ ਘਟ ਆਵੇਗੀ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਜਿਹੜੇ ਫਾਰਮਰ 1401 ਬਾਸਮਤੀ ਲਾਉਂਦੇ ਹੈਗੇ ਆ ਜਿਨ੍ਹਾਂ ਦੀਆਂ ਫਸਲਾਂ ਨਸਾਰੇ ਤੇ ਆ ਕੇ ਕਦ ਜਾਰੇ ਕਰ ਜਾਂਦੀਆਂ ਹੈਗੀਆਂ ਉਹਨਾਂ ਦੇ ਖੇਤ ਦੇ ਵਿੱਚ ਇਹ ਕੰਮ ਟ੍ਰਿਕ ਇਹ ਅਸਰ ਦਿੰਦੀ ਆ ਰਿਜ਼ਲਟ ਦਿੰਦੀ ਆ ਵਧੀਆ ਤੁਸੀਂ ਇਸ ਨੂੰ ਆਪਣੇ ਖੇਤ ਦੇ ਵਿੱਚ ਅਜ਼ਮਾ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਹੁੰਦੀ ਆ ਦੇਖੋ ਭਾਵੇਂ ਖੇਤੀ ਸਾਰੀ ਦੁਨੀਆ ਦੇ ਵਿੱਚ ਹੀ ਹੁੰਦੀ ਆ ਝੋਨਾ ਬਹੁਤ ਕੰਟਰੀਆਂ ਦੇ ਵਿੱਚ ਲੱਗਦਾ ਹੈਗਾ ਤੇ ਆਪਾਂ ਹੀ ਨਿੱਕਲੇ ਝੋਨੇ ਦੀ ਖੇਤੀ ਕਰਦੇ ਹੈਗੇ ਬਹੁਤ ਘੈਂਟ ਘੈਂਟ ਵੈਰੈਟੀਆਂ 70 ਦਿੰਦੀਆਂ ਵੈਰੈਟੀਆਂ ਵੀ ਹੈਗੀਆਂ 220 ਦਿੰਦੀਆਂ ਵੈਰੈਟੀਆਂ ਵੀ ਹੈਗੀਆਂ ਆਪਾਂ ਝਾੜ 20 25 ਥੋੜੇ ਬਾਸਮਤੀ ਦਾ ਤੇ ਪਰਮਲ ਦਾ ਝਾੜ ਆਪਾਂ 30 ਕੁਆਂਟਲ 35 40 ਕੁਆਂਟਲ ਤੱਕ ਜਾਂਦਾ ਪਰ ਵੈਰੈਟੀਆਂ 60 60 ਕੁਆਂਟਲ ਵਾਲੀਆਂ ਵੀ ਹੈਗੀਆਂ ਉਹਨਾਂ ਨੂੰ ਜਿਹੇ ਜਿਹਾ ਮੌਸਮ ਚਾਹੀਦਾ ਉੱਥੇ ਲੱਗਦੀਆਂ ਪਰ ਹਰ ਇੱਕ ਖੇਤ ਦੇ ਵਿੱਚ ਇੱਕ ਫਾਰਮੂਲਾ ਕੰਮ ਨਹੀਂ ਕਰ ਸਕਦਾ ਕਲਾਈਮੇਟ ਬਹੁਤ ਜ਼ਿਆਦਾ ਮੈਟਰ ਕਰਦਾ ਪਰ ਮੈਂ ਬਠਿੰਡੇ ਦੇ ਵਿੱਚ ਖੜਕੇ ਵੀਡੀਓ ਬਣਾ ਰਿਹਾ ਹੈਗਾ ਤਾਂ ਤੁਸੀਂ ਇਸ ਨੂੰ ਆਪ ਦੇ ਖੇਤ ਦੇ ਵਿੱਚ ਡੈਮੋ ਦੇ ਤੌਰ ਤੇ ਥੋੜੀ ਜਗ੍ਹਾ 'ਚ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ